स्वागत है किसान वीरो तुहाडा अपने यूट्यूब चैनल ते लोडेरी फार्म बरनाला दे विच। जिहड़े किसान वीर अपने इस चैनल ते पहली बार वीडियो देख रहे हैं उन्हां नूं रिक्वेस्ट आ कि अपने यूट्यूब चैनल नूं सबसक्राइब कर लिओ ते नाल लग्या बैल आइकॉन दा बटन जरूर प्रेस कर लिओ तां जो अपनी हर नवीं आउण वाली वीडियो दा नोटिफिकेशन सब तों पहलां तुहानूं मिल सके। सो किसी वीर ने इदां दी ऐड करवाउणी होवे तां तुसीं मेरे नाल कनैक्ट कर सकदे हो। मेरा मोबाइल नंबर है 84 270 1917। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਹਾਂਜੀ ਵੀਰੇ, ਨਾਮ ਐਡਰੈਸ ਬੋਲਦੇ ਪ੍ਰੋਪਰ ਆਪਣਾ। ਨਾਮ ਮੇਰਾ ਵੀਰੇ ਜੰਗ ਸਿੰਘ ਆ, ਪਿੰਡ ਹਿੰਮਤਪੁਰਾ, ਜ਼ਿਲ੍ਹਾ ਮੋਗਾ, ਤਹਿਸੀਲ ਨਿਹਾਲ ਸਿੰਘ। ਤੇ ਮੋਬਾਈਲ ਨੰਬਰ ਜੀ ਆਪਣਾ? 8728 0954। 8728 0954। ਸੋ ਵੀਰੋ, ਤਿੰਨ ਨਾਗ ਤਿੰਨੇ ਫੋਰ ਸੇਲ ਆ ਜਰਸੀਆਂ ਦੇ, ਪਿੰਡ ਵੀਰ ਦਾ ਹਿੰਮਤਪੁਰਾ। 4 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ, 4 4:30 ਦੇ ਲਗਭਗ ਆਪਣਾ ਟਾਈਮ ਆ। ਅਤੇ ਵੀਰੇ, ਪਹਿਲੇ ਨੰਬਰ 'ਤੇ ਆਪਾਂ ਗੱਲ ਕਰੀਏ ਜਰਸੀ ਜੀ, ਕਿਹੜਾ ਸੂਆ ਸੁਣੀ ਆ? ਦੂਜਾ ਸੂਆ ਸੁਣੀ ਆ, ਪਿਓਰ ਵੀਰੇ। ਰਾਈ ਨਾਲ ਜਮਾ ਜਮਾ? ਹਾਂ, ਇਹ ਦੰਦਾ 'ਚ ਹੋ ਬੈਠ ਫਿਰ ਜੀ ਤਾਂ। ਅਤੇ ਦਿਨ ਕਿੰਨੇ ਕੁ ਲੈ ਜੂਗੀ? ਦਿਨ ਬਾਅਦ ਸੇਕ ਲਊਗੀ ਮਸਾਂ। ਭਾਅ ਕਿੱਡਾ ਕਹਿੰਦਾ? ਭਾਅ ਆਪਾਂ 47,000 ਰੇਟ ਕਰਦੇ ਹਾਂ। ਗੁਜਾਇਸ਼ ਹੋ ਜੂ ਇਹਦੇ ਵਿੱਚੋਂ? ਥੋੜ੍ਹੀ ਬਹੁਤੀ ਕਰ ਦਿਆਂਗੇ ਬਾਈ, ਅਗਲੇ ਨੂੰ ਬਾਕੀ ਕੋਲੇ ਆ ਕੇ ਪਤਾ ਲੱਗੂ। ਬੈਠਦਾ ਨਾ, ਬੈਠਦਾ ਹੈਗੀ 55,000 ਦੀ। ਠੀਕ ਹੈ। ਬਸ ਜਿਹਨੇ ਲੈਣੀਆਂ ਲਈ ਜਾਣੀਆਂ, ਅੱਗੇ ਵੀ ਆਪਾਂ ਪਾਉਂਦੇ ਹਾਂ, ਜਿਹਨੇ ਲੈਣੀ ਉਹ ਤਾਂ ਖਿੱਚੀ ਜਾਂਦਾ, ਦੂਜੇ ਰਹਿ ਜਾਂਦੇ ਰਹਿ ਜਾਂਦੇ। ਠੀਕ ਆ। ਅਤੇ ਆਪਣਾ 47,000 ਰੁਪਇਆ ਆਪਾਂ ਕੀਤਾ ਡਿਮਾਂਡ ਇਹਦਾ। ਦੁੱਧ ਕਿੰਨਾ ਕੁ ਪਾ ਦੂਗੀ ਨਿੱਟ ਜਾ? ਦੁੱਧ ਪਾ ਦੂਗੀ 18 ਲੀਟਰ ਆਰਾਮਦਾਰੀ ਦੇ ਦੂ। ਇਹਨਾਂ ਦੇ ਦੂਗੀ ਖਾਲੇ 17 ਮਾਲਾ 17 ਦੀ। ਅਤੇ ਹਾਲੇ ਦਿਨ 5-6 ਦਿਨ ਬਾਕੀ ਆ। 5-6 ਦਿਨ ਰਹਿ ਜਾ, ਬਹੁਤ ਬਾਣ ਲੈਣੇ ਬਾਈ ਜੀ। ਤੇ ਖੋਲਿਓ ਬਾਹਰ ਨੂੰ। ਸੋ ਵੀਰੋ, 47,000 ਰੁਪਇਆ ਵੀਰ ਨੇ ਮੁੱਲ ਕੀਤਾ ਇਹਦਾ, ਅਤੇ ਬਾਕੀ ਗੁਜਾਇਸ਼ ਮੌਕੇ ਥੋੜ੍ਹੀ ਬਹੁਤੀ ਹੋ ਜਾਂਦੀ ਹੁੰਦੀ ਆ। ਅਤੇ ਬਾਕੀ ਮੇਨ ਗੱਲ ਆਪਾਂ ਕਹਿ ਦਈਏ, ਕੋਈ ਲੱਸੀ ਵਗੈਰਾ ਕਮਜ਼ੋਰ ਨਹੀਂ, ਅਤੇ ਚੰਗੀ ਸੋਹਣੀ ਸੁਨੱਖੀ ਬਰੀਡ ਆ, ਅਤੇ ਇੱਕੋ ਕਲਰ ਦੇ ਵਿੱਚ ਆ, ਕੋਈ ਦੋ ਵਗੈਰਾ ਕਲਰ ਨਹੀਂ ਕਰਦੀ ਪਈ ਇਹ। ਆਹ ਦੇਖ ਸਕਦੇ ਹੋ ਥਣ ਹਵਨ। ਆਹ ਜਿਹੜੇ ਥੋੜ੍ਹੀ ਵੀਰੇ ਕਾਲ ਸੀ ਦਿੰਦੀ ਪਈ, ਇਹ ਕੀ ਕਾਰਨ? ਇਹਦਾ ਇੱਧਰ ਝਰੀਟ ਵੱਜੀ ਸੀਗੀ, ਉਹ ਉੱਥੇ ਲਾਈ ਸੀ ਮੈਂ ਲੱਤ ਤੇ ਆਲੇ। ਅੱਛਾ, ਕਾਲ ਸਲਾਈ ਆ? ਬਾਕੀ ਚੰਗੀ ਸਮੀ ਭਲੀਆ, ਕੋਈ ਕਮਜ਼ੋਰ ਵਗੈਰਾ ਲਿੱਸੀ ਕਿਸੇ ਪਾਸੋਂ ਵੀ ਨਹੀਂ, 1% ਵੀ ਬਹੁਤ ਚੰਗੀ ਆ। ਦੇਖ ਸਕਦੇ ਹੋ ਕੰਨ ਵਗੈਰਾ ਚੰਗੀ ਫੁੱਲ ਬਰੀਡ ਦੇ ਵਿੱਚ ਆ। ਤੇ ਅੱਗੇ ਆਪਾਂ ਗੱਲ ਕਰੀਏ ਦੂਜੇ ਨੰਬਰ ਵਾਲੀ ਦੀ, ਇਹ ਕਿਹੜਾ ਸੁਣਦੀ ਆ? ਥੋੜਾ ਤੇ ਪਹਿਲੀ ਦਾ ਕਲਰ ਥੋੜ੍ਹਾ ਡਾਰਕ ਆ, ਅਤੇ 44,000 ਮੁੱਲ ਆ ਦੁੱਧ। ਇਹਨੇ ਵੀ 15 ਤੋਂ 12 ਪਰ ਚੰਗਾ ਆਰਾਮ ਨਾਲ ਪਾ ਦੇਣਾ, ਅਤੇ ਦੇਖ ਸਕਦੇ ਫੇਸ ਕੁਆਲਿਟੀ ਥਾਣੇ ਦੇ ਵੀ ਬਹੁਤ ਚੰਗਾ, ਪੂਰਾ ਸਾਫ਼ ਸੁਥਰਾ ਲੇਵਾ। 5-6 ਦਿਨ ਇਹਦੇ ਬਾਕੀ, 5-6 ਦਿਨਾਂ ਨੂੰ ਬਾਕੀ। ਸੂਣ ਦੇ ਮੌਕੇ 'ਤੇ ਬਹੁਤ ਜ਼ਿਆਦਾ ਚੰਗੀਆਂ ਬਣਦੀਆਂ ਹੁੰਦੀਆਂ, ਕਾਫ਼ੀ ਸੂਣ ਦੇ ਨਜ਼ਦੀਕ ਵੀਡੀਓ ਆਪਣੇ ਚੈਨਲ 'ਤੇ ਅਪਲੋਡ ਆ, ਅਤੇ ਉਦੋਂ ਤੁਸੀਂ ਦੇਖ ਹੀ ਸਕਦੇ ਹੋ ਕਿ ਜਰਸੀ ਹਵਾਨਾ ਕਿੱਦਾਂ ਦਾ ਕਰਦੀ ਹੁੰਦੀ ਆ। ਅਤੇ ਬਾਕੀ ਮੇਨ ਪੁਆਇੰਟ ਹੁਣ ਜਿਵੇਂ ਗਰਮੀ ਆਉਂਦੀ ਪਈ ਆ, ਅਤੇ ਦੁੱਧ ਵਗੈਰਾ ਫੈਂਟ ਨੂੰ ਸਹੀ ਹੁੰਦਾ ਇਹਨਾਂ ਦਾ। ਬਾਕੀ ਇਹ HF ਨਾਲੋਂ ਹੁਣ ਬਿਹਤਰ ਸੁਨਹਿਰੀ ਮੌਕੇ ਆ, ਕਿਉਂਕਿ ਗਰਮੀ ਵਗੈਰਾ ਵੀ ਗਾਈਡਲਾਈਨ ਕਰ ਲੈਂਦੇ ਹੁੰਦੀ ਆ। ਇਹਦਾ ਮੁੱਲ ਕੀਤਾ ਵੀ ਇਹਨੇ 44,000। ਅਤੇ ਅੱਗੇ ਜਿਹੜੇ ਵੀਰੇ ਤੀਜੇ ਨੰਬਰ 'ਤੇ ਆਪਾਂ ਦੇਖਦੇ ਪਏ ਹਾਂ, ਇਹ ਸੂਈ ਵੀ ਕੀ ਹਿਸਾਬ ਕਿਤਾਬ ਇਹਦਾ? ਸੂਈ ਵੀ ਇਹ ਤੋਕੜ ਗੱਬਣ ਆ ਜੀ। ਚੈੱਕ ਪਾਸ ਆ? ਚੈੱਕ ਪਾਸ ਆ, 4.5-5 ਮਹੀਨੇ ਦੀ ਗੱਬਣ। ਠੀਕ ਆ। ਤੇ ਆਪਣਾ ਹੁਣ ਚੋਇਆ ਤਾਂ 9 ਕਿਲੋ ਤੋਂ 8 ਕਿਲੋ ਦੁੱਧ ਰੱਖ ਲਿਆ ਯਾਰ। 4 ਕਿਲੋ ਡਾਂਗਾ ਦੁੱਧ ਚਵਾ ਦੋਗੇ? ਹਾਂ, ਚਵਾ ਕੇ ਦਵਾਂਗੇ। ਜੱਲੀ ਆਪਾਂ ਕਿਹੜਾ ਝੂਠ ਤਾਂ ਆਪਾਂ ਮਾਰਨਾ ਨਹੀਂ। 5.5 ਕਿਲੋ ਆਪਣਾ 5.5 ਮਹੀਨੇ ਗੱਬਣ ਚੈੱਕ ਪਾਸ। ਚੈੱਕ ਪਾਸ ਆ, ਬੱਚਾ ਵਗੈਰਾ ਕੋਈ ਨਹੀਂ। ਕੁਛ ਨਹੀਂ। ਸੂਆ ਕਿਹੜਾ ਸੂਈ ਵੀ ਆ? ਇਹ ਪਹਿਲਾਂ ਸੂਆ ਸੂਈ ਆ, ਹੁਣ ਦੂਜਾ ਸੂ। ਦੂਜੇ ਵਾਸਤੇ ਗੱਬਣ ਆ? ਗੱਬਣ। ਸੋ ਵੀਰੇ, ਦੂਜਾ ਸੂਆ ਵੀਰ ਨੂੰ ਦੱਸਦਾ ਪਿਆ, ਤੇ ਇਹਦਾ ਭਾਅ ਕਿੱਡਾ ਗਾ? ਇਹਨਾਂ ਭਾਅ ਆਪਣਾ 28,000 ਕਰਦੇ। ਗੁਜਾਇਸ਼ ਹੋ ਜੂ, ਥੋੜ੍ਹੀ ਬਹੁਤੀ ਕਰ ਦਿਆ ਗਿਆ। ਸੋ ਵੀਰੋ, ਥਣ ਹਵਾਨਾ ਦੇਖ ਲਓ, ਸੋਹਣਾ ਥਣ ਹਵਾਨਾ ਇਹਦਾ, ਅਤੇ ਬਾਕੀ ਸੀਲ ਠੰਡੀਆਂ ਪੂਰੀਆਂ ਹੁੰਦੀਆਂ ਹੀ ਆ ਇਹ। ਇਹ ਤੀਜੇ ਨੰਬਰ 'ਤੇ ਤੋਕੜ ਗੱਬਣ, 5.5 ਮਹੀਨੇ ਚੈੱਕ ਪਾਸ, 28,000 ਜੋ ਡਿਮਾਂਡ ਕੀਤੀ ਗਈ, ਨਾਲੇ 8 ਕਿਲੋ ਦੁੱਧ ਆ ਥੱਲੇ ਦੇ। ਅਤੇ 3 ਨਾਗ ਵੀਰ ਕੋਲ ਫੋਰ ਸੇਲ ਆ, ਪਿੰਡ ਹਿੰਮਤਪੁਰਾ, ਜ਼ਿਲ੍ਹਾ ਮੋਗਾ, ਤਹਿਸੀਲ ਨਿਹਾਲ ਸਿੰਘ ਵਾਲਾ। 98,178 0954। ਸੋ ਵੀਰੋ, 3 ਨਾਗ ਸੀਗੇ ਵੀਰ ਕੋਲ ਸੇਲ, ਕਿਸੇ ਵੀਰ ਦੇ ਨਾਲ ਤਿੰਨਾਂ 'ਚੋਂ ਕੋਈ ਵੀ ਨਾਗ ਪਸੰਦ ਹੋਵੇ ਜਰਸੀ ਦਾ, ਤਾਂ ਤੁਸੀਂ ਕੰਟੈਕਟ ਕਰਕੇ ਵੀਰ ਜੰਗਲਾਂ ਖਰੀਦਦਾਰੀ ਕਰ ਸਕਦੇ ਹੋ। ਸੋ ਬਣੇ ਰਹੇ ਆਪਣੇ ਯੂਟਿਊਬ ਚੈਨਲ 'ਤੇ ਲੋਡੇਰੀ ਫਾਰਮ ਬਰਨਾਲਾ ਦੇ ਨਾਲ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ। ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ।